गिल मुर्दाबाद, राजा गिल मुर्दाबाद। पंजाब दीआं चोणां दे लई कांग्रेस हाई कमान दे वल्लों टिकटां लानण तों बाद सियासी घमासान शुरू हो गया है। हलका समराले दी टिकट रुपिंदर सिंह राजा गिल नूं ऐलान होण तों बाद हलके दे विच विरोध होना शुरू हो गया है। दरअसल कई कांग्रसी वर्करां ने राजा गिल दे खिलाफ नारेबाजी की, जिस दीआं तस्वीरां तुहाडी स्क्रीन ते ने। जदों इस विरोध बारे राजा गिल नूं पुछया गया तां उन्हां ने कहा कि थोड़ा बहुत तां टिकट कट्टे जाण तों बाद पुराने वर्कर नाराज़ हुंदे ने, पर मैनूं पूरा भरोसा है कि ये वर्कर साडे नाल चलणगे अते विधानसभा तक जित्या के भेजणगे। देखो, जिहनूं कहिंदे हुंदे आ जब चोण चलदी है तां विरोध तां मूहरे आउंदा ही है, उहदे चों निकल के चोण लड़ी जांदी है। तां शुरुआत दे विच इह हुंदे आ इक दो दिन दीआं गल्लां, सारा कुछ बड़ा पॉजिटिव हो जाणा, सारा कुछ ठीक हो जाणा। ਧੰਨਵਾਦ ਜੀ। ਹਲਕਾ ਸਮਰਾਲਾ ਦੇ ਲੋਕਾਂ ਨੂੰ ਮੈਂ ਇਹੀ ਸੁਨੇਹਾ ਦਊਂਗਾ ਵੀ ਜਿਹਨੂੰ ਕਹਿੰਦੇ ਆਉਣ ਵਾਲੀ ਸਰਕਾਰ 2022 ਦੀ ਕਾਂਗਰਸ ਪਾਰਟੀ ਦੀ ਸਰਕਾਰ ਹੈ। ਮੁੱਖ ਮੰਤਰੀ ਸਰ ਚਰਨਜੀਤ ਸਿੰਘ ਚੰਨੀ ਦੁਬਾਰਾ ਤੋਂ ਕਾਂਗਰਸ ਪਾਰਟੀ ਦੇ ਬਣਨਗੇ ਅਤੇ ਇੱਕ ਫਿਰ ਵਿਕਾਸ ਦਾ ਨਵਾਂ ਯੁੱਗ ਚੱਲੂਗਾ। ਅਤੇ ਜਿਹੜੀਆਂ ਕਮੀਆਂ ਇਸ ਵਿਕਾਸ ਦੀ ਦਰ ਦੇ ਵਿੱਚ ਪਿਛਲੇ ਸਮੇਂ ਦੌਰਾਨ ਰਹਿ ਗਈਆਂ, ਮੈਂ ਵਾਅਦਾ ਕਰਦਾ, ਮੈਂ ਪੂਰਨ ਵਿਸ਼ਵਾਸ ਨਾਲ ਇਹ ਗੱਲ ਕਹਿ ਸਕਦਾ ਕਿ ਅਸੀਂ ਉਹ ਪੂਰੀਆਂ ਕਰਾਂਗੇ। ਗੱਲ ਸਾਹਿਬ, ਤੁਹਾਡੇ ਫਾਦਰ ਸਾਹਿਬ ਇੱਥੇ ਮੰਤਰੀ ਰਹੇ ਨੇ, ਉਹਨਾਂ ਤੋਂ ਬਾਅਦ ਸਮਰਾਲੇ ਨੂੰ ਕੋਈ ਮੰਤਰੀ ਨਹੀਂ ਮਿਲਿਆ ਅਤੇ ਤੁਸੀਂ ਉਹਨਾਂ ਦੇ ਬੇਟੇ ਹੋ, ਤੁਹਾਨੂੰ ਟਿਕਟ ਦੇ ਕੇ ਕਾਂਗਰਸ ਨੇ ਨਿਵਾਜਿਆ। 25 ਸਾਲ ਸਾਡਾ ਸਮਰਾਲਾ ਬਹੁਤ ਪਿੱਛੇ ਚਲਾ। ਕੋਈ ਗੱਲ ਨਹੀਂ ਜੀ, ਜਿਹਨੂੰ ਕਹਿੰਦੇ ਹੁੰਦੇ ਆ ਜੇ ਇਹ ਗੱਲ ਤੁਸੀਂ ਕਿਉਂਕਿ ਇੱਥੇ ਰਹਿ ਰਹੇ ਹੋ ਅਤੇ ਤੁਸੀਂ ਇਹ ਗੱਲ ਕਹਿ ਰਹੇ ਹੋ, ਮੈਂ ਤੁਹਾਡੀ ਗੱਲ ਨੂੰ ਕੱਟਦਾ ਨੀਗਾ। ਜੇ 25 ਸਾਲ ਦਾ ਜਿਹੜਾ ਵਿਕਾਸ ਜੇ ਤੁਸੀਂ ਕਹਿੰਦੇ ਪਿੱਛੇ ਚਲੇ ਗਿਆ ਤਾਂ ਮੈਂ ਵਾਅਦਾ ਕਰਦਾ 5 ਸਾਲ 'ਚ ਉਹਦੀ ਕਸਰ ਪੂਰੀ ਕਰ ਦਿੱਤੀ। ਸਮਰਾਲੇ ਦੇ ਸੀਨੀਅਰ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਹੀ ਆ, ਹੁਣ ਤੁਸੀਂ ਸਮਰਾਲੇ ਪਹੁੰਚੋ, ਤੁਹਾਡੇ ਨਾਲ ਕਿੰਨੇ ਕੁ ਸੀਨੀਅਰ ਆਗੂ ਚੱਲੇ ਨੇ ਤੇ ਆਉਣ ਦਿਨਾਂ 'ਚ ਕੀ ਲੱਗਦਾ? ਉਹ ਤਾਂ ਬਗਾਵਤ ਕਰੀ ਫਿਰਦੇ ਨੇ ਆਜ਼ਾਦ ਲੜਨ ਲਈ, ਤੁਹਾਨੂੰ ਲੱਗਦਾ ਵੀ ਤੁਹਾਡੇ ਸਾਥ ਦੇਣਗੇ? ਬਿਲਕੁਲ ਸਾਥ ਦੇਣਗੇ, ਬਿਲਕੁਲ ਸਾਥ ਦੇਣਗੇ। ਇਹ ਸਾਡਾ ਕੋਈ ਜਿਹਨੂੰ ਕਹਿੰਦੇ ਹੁੰਦੇ ਆ ਪਹਿਲੀ ਚੋਣ ਜਾਂ ਪਹਿਲਾ ਉਹ ਨਹੀਂ ਹੈਗਾ ਐਕਸਪੀਰੀਅੰਸ, ਅਤੇ ਇਹ ਸ਼ੁਰੂਆਤੀ ਦੌਰ 'ਚ ਇਹ ਹੁੰਦਾ ਹੀ ਹੁੰਦਾ, ਤਾਂ ਕੋਈ ਗੱਲ ਨਹੀਂ, ਇਹ ਸਾਰਾ ਕੁਝ ਠੀਕ ਹੋ ਜਾਣਾ, ਤੁਸੀਂ ਆਪ ਦੇਖੋਗੇ। ਦੋ ਤਿੰਨ ਮੈਦਾਨ 'ਚ 4 ਪਾਰਟੀਆਂ ਨੇ, ਪਰ ਇੱਥੇ ਕਾਂਗਰਸ ਦੇ ਬਾਗੀ ਹੀ ਕਾਂਗਰਸ ਨੂੰ ਕੀ ਲੱਗਦਾ, ਤੁਹਾਨੂੰ ਵੀ ਬਾਕੀਆਂ ਦੇ 4 ਨੂੰ ਵੀ ਤੁਸੀਂ ਜਿੱਤ ਲਓਗੇ? ਬਿਲਕੁਲ ਜੀ, ਬਿਲਕੁਲ, ਕੋਈ ਕਾਂਗਰਸ ਦਾ ਬਾਗੀ ਨਹੀਂ ਹੈਗਾ ਜਿਹਨੂੰ ਕਹਿ ਅੱਜ ਇਹ ਗੱਲਾਂ ਚੱਲ ਰਹੀਆਂ, ਪਰ ਇਹ ਗੱਲਾਂ ਹੀ ਬਣ ਕੇ ਰਹਿ ਜਾਣਗੀਆਂ ਅਤੇ ਕਾਂਗਰਸ ਇਹ ਵਿਧਾਨ ਸਭਾ ਹਲਕਾ ਜਿੱਤੂਗੀ। ਬੜੇ ਸਤਿਕਾਰਯੋਗ ਹੈ ਰਾਜੇਵਾਲ ਸਾਹਿਬ, ਮੈਂ ਉਹਨਾਂ ਬਾਰੇ ਕੀ ਕਹਿਣਾ, ਜਿਹਨੂੰ ਕਹਿੰਦੇ ਹੁੰਦੇ ਆ ਉਹਨਾਂ ਨੇ ਫੈਸਲਾ ਲਿਆ ਵੀ ਉਹਨਾਂ ਦੀ ਜਿਹੜੀ ਕਿਸਾਨ ਜਥੇਬੰਦੀ ਹੈ ਉਹ ਸਿਆਸੀ ਮੈਦਾਨ 'ਚ ਆ ਰਹੀ ਹੈ ਅਤੇ ਚੋਣ ਲੜ ਰਹੀ ਹੈ, ਤਾਂ ਉਹਨਾਂ ਦੀ ਜਥੇਬੰਦੀ ਦਾ ਫੈਸਲਾ, ਪਰ ਇਹ ਫੈਸਲੇ ਨੂੰ ਕਿਸੇ ਨੇ ਵੀ ਸਰਾਇਆ ਨੀਗਾ ਪੰਜਾਬ ਦੇ ਵਿੱਚ ਵੀ ਅਤੇ ਬਾਹਰਲਿਆਂ ਸੂਬਿਆਂ ਦੇ ਵਿੱਚ ਵੀ, ਅਤੇ ਭਾਰਤੀ ਕਿਸਾਨ ਯੂਨੀਅਨ ਜਿਹੜੀ ਹੈਗੀ ਹੈ ਸੰਯੁਕਤ ਕਿਸਾਨ ਮੋਰਚਾ, ਉਹਨਾਂ ਨੇ ਵੀ ਇਹਦੀ ਨਿਖੇਧੀ ਕੀਤੀ ਹੈ ਵੀ ਇਹ ਗਲਤ ਰਾਹ 'ਤੇ ਚੱਲ ਪਏ। ਤਾਂ ਆਉਣ ਵਾਲੀਆਂ ਜਦ ਵੋਟਾਂ ਪੈਣਗੀਆਂ ਜਾਂ ਰਿਜ਼ਲਟ ਆਊਗਾ ਤੁਹਾਨੂੰ ਪਤਾ ਲੱਗ ਜੂਗਾ ਵੀ ਜਿਹਨੂੰ ਕਹਿੰਦੇ ਹੁੰਦੇ ਵੀ ਉਹਨਾਂ ਦਾ ਜਿਹੜਾ ਮੁੱਖ ਮੰਤਰੀ ਦਾ ਮਾਣਯੋਗ ਚਿਹਰਾ ਹੈਗਾ ਉਹ ਇੱਥੋਂ ਬੁਰੀ ਤਰ੍ਹਾਂ ਸ਼ਿਕਸਤ ਖਾਣਗੇ। ਹੋਰ ਕੀ ਕਹਿਣਾ ਚਾਹੋਗੇ ਆਪਣੇ ਹਲਕੇ ਦੇ ਜਿਹੜੇ? ਮੈਂ ਹਲਕੇ ਵਾਸੀਆਂ ਨੂੰ ਇਹੀ ਬੇਨਤੀ ਕਰਦਾ, ਮੈਨੂੰ ਕਾਂਗਰਸ ਪਾਰਟੀ ਨੂੰ ਸਹਿਯੋਗ ਦਿਓ। ਮੈਂ ਤੁਹਾਡਾ ਵਾਅਦਾ ਕਰਦਾ ਸਾਰੇ ਵਿਧਾਨ ਸਭਾ ਹਲਕੇ ਵਾਲਿਆਂ ਨਾਲ ਵੀ ਮੈਂ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣਾ ਦਵਾਂਗਾ। ਜਿਹੜੇ ਗੋ ਬੈਕ ਦੇ ਨਾਰੇ ਲਾ ਰਹੇ ਨੇ ਕੁਛ ਕਾਂਗਰਸੀ, ਇਹ ਸ਼ਗਨ ਦੇ ਜਿਹਨੂੰ ਕਹਿੰਦੇ ਹੁੰਦੇ ਨਾਰੇ ਲਾ ਰਹੇ ਹੈ, ਮੇਰਾ ਜਿਹਨੂੰ ਕਹਿੰਦੇ ਉਹਨਾਂ ਦਾ ਉਹ ਤਰੀਕਾ ਮੈਨੂੰ ਸ਼ਗਨ ਦੇਣ ਦਾ, ਮੈਂ ਉਵੇਂ ਅਸੈਪਟ ਕਰ ਰਿਹਾ ਉਹਨਾਂ ਨੂੰ। ਦੱਸ ਦਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਵੱਲੋਂ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ, ਜਿਸ ਦੇ ਕਾਰਨ ਕਾਂਗਰਸ ਦੇ ਵਿੱਚ ਕਾਫੀ ਵਿਰੋਧ ਦੇਖਣ ਨੂੰ ਮਿਲਿਆ ਹੈ, ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਇਸਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ। T5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ।